ਰੱਖੜੀ ਵਾਲੇ ਦਿਨ ਵਾਪਰਿਆ ਇੱਕ ਵੱਡਾ ਹਾਦਸਾ। ਭੈਣ ਭਰਾਵਾਂ ਦਾ ਦਿਨ ਜੋ ਕਿ ਬੜੀ ਹੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ, ਉੱਥੇ ਹੀ ਇੱਕ ਸਵਾਰੇ ਨਾਲ ਭਰੀ ਬੱਸ ਪਲਟ ਗਈ। ਦਸੂਹਾ ਤੋਂ ਜਲੰਧਰ ਜਾ ਰਹੀ ਸੀ ਨਿੱਜੀ ਬੱਸ ਜੋ ਕਿ ਰਸਤੇ ਵਿੱਚ ਪਲਟ ਗਈ, ਜਿਸ ਵਿੱਚ 35 ਤੋਂ 40 ਸਵਾਰੀਆਂ ਮੌਜੂਦ ਸਨ। ਬੱਸ ਪਲਟਣ ਦੇ ਮਗਰੋਂ ਸਵਾਰੀਆਂ ਵੱਲੋਂ ਰੌਲਾ ਪਾਇਆ ਗਿਆ ਤੇ ਸਥਾਨਕ ਲੋਕਾਂ ਵੱਲੋਂ ਸਵਾਰੀਆਂ ਨੂੰ ਨਿੱਜੀ ਹਾਸਪਿਟਲ ਵਿੱਚ ਦਾਖਲ ਕਰਵਾਇਆ ਗਿਆ, ਪਰ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਕਿ ਕਿੰਨੀਆਂ ਸਵਾਰੀਆਂ ਜ਼ਖਮੀਆਂ ਨੇ ਤੇ ਕਿੰਨੀਆਂ ਦੀ ਮੌਤ ਹੋ ਗਈ। ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਵਾਪਰਿਆ। ਸਥਾਨਕ ਲੋਕਾਂ ਵੱਲੋਂ ਕਿਹਾ ਗਿਆ ਕਿ ਬੱਸ ਦੀ ਸਪੀਡ ਬਹੁਤ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਕਾਰਨ ਕਾਫੀ ਲੋਕ ਜ਼ਖਮੀ ਹੋ ਗਏ। ਬੱਸਾਂ ਆਪਣਾ ਰਫਤਾਰ ਜ਼ਿਆਦਾ ਸੀਗੀ, ਜ਼ਿਆਦਾ ਸੀ ਹਾਂਜੀ, ਅਤੇ ਜਦੋਂ ਵੀ ਅਸੀਂ ਬੱਸ 'ਚ ਜਾਂਦੇ ਹਾਂ ਰਫਤਾਰ ਬਹੁਤ ਜ਼ਿਆਦਾ ਹੁੰਦੀ ਹੈ, ਟਾਂਡੇ ਤੱਕ ਪੂਰਾ ਚੜਾਉਂਦੇ ਹੈਗੇ ਆ, ਮਤਲਬ ਕਿ ਪਰਵਾਹ ਨਹੀਂ ਕਰਦੇ ਕਿ ਬੰਦੇ ਕਿੰਨਾ ਜਿਹੜਾ ਲੋਕ ਬੈਠ ਵਿੱਚ ਬੈਠੇ ਹੈਗੇ ਆ ਕਿ ਹਾਂ ਉਹਨਾਂ ਦੀ ਜ਼ਿੰਦਗੀ ਵੀ ਹੈਗੀ ਆ, ਉਹਨਾਂ ਦੇ ਬੱਚੇ ਆ ਜਾਂ ਕੁਛ ਆ, ਘੱਟ ਤੋਂ ਘੱਟ ਮੈਂ ਜਿਵੇਂ 20-25 ਐਂਬੂਲੈਂਸ ਦੇ ਆਪ ਦੇ ਕੇ ਆਉਂਦੇ ਜਾਂਦੇ ਰੋਡ ਦੇ, ਸੀਰੀਅਸ ਆ ਉਹ ਸੀਰੀਅਸ ਨੇ, ਸਾਰੇ ਸੀਰੀਅਸ ਮੇਰੇ ਹਿਸਾਬ ਦੇ, ਛੁੱਟੀ ਵੀ ਆ, ਬੱਸਾਂ ਦੀ ਲਗਾਮ ਲੱਗਣੀ ਚਾਹੀਦੀ ਹੈ, ਰਫਤਾਰ 'ਚ ਕੰਮ ਲੱਗਣੀ ਚਾਹੀਦੀ ਹੈ, ਇਹਨਾਂ ਚਲਾਣ ਹੋਣੀ ਚਾਹੀਦੀ, ਸਭ ਉਹਨਾਂ ਦੇ ਬਣਦੇ ਹੈਗੇ ਆ, ਠੀਕ ਹੈ, ਅਤੇ ਇਹਨਾਂ ਨੂੰ ਵੀ ਥੋੜ੍ਹਾ ਬਹੁਤ ਜਿੱਦਾਂ ਵੀ ਬੰਦਾ ਉਹਨਾਂ ਨੂੰ ਪਾਉਣਾ ਚਾਹੀਦਾ। ਮੈਂ ਡਾਕਟਰ ਮਨਮੋਹਨ ਸਿੰਘ, SMO ਸਿਵਲ ਹਸਪਤਾਲ ਦਸੂਹਾ। ਅੱਜ ਸਵੇਰੇ ਇੱਕ ਜਿਹੜੀ ਬੱਸ ਦਸੂਹਾ ਤੋਂ ਜਲੰਧਰ ਜਾ ਰਹੀ ਸੀਗੀ, ਉਹ ਰੋਡ ਤੋਂ ਉਤਮ ਕਰਕੇ ਉਹਦਾ ਇੱਕ ਮੰਦਭਾਗੀ ਘਟਨਾ ਹੋ ਗਈ। ਸਾਡੇ ਕੋਲ ਐਮਰਜੈਂਸੀ ਦੇ ਦੌਰਾਨ 12 ਦੇ ਕਰੀਬ ਮਰੀਜ਼ ਲੈ ਕੇ ਆਉਂਦੇ ਆ, ਜਿਨ੍ਹਾਂ ਦੇ ਸੱਟਾਂ ਤਾਂ ਲੱਗੀਆਂ ਹੈਗੀਆਂ ਕਾਫੀ, ਉਹਨਾਂ 'ਚੋਂ 2-3 ਮਰੀਜ਼ ਕਾਫੀ ਸੀਰੀਅਸ ਹੈਗੇ ਆ, ਉਹਨਾਂ ਨੂੰ ਅਸੀਂ ਜੋ ਸਾਡਾ ਬਣਦੀ ਇੱਥੇ ਟ੍ਰੀਟਮੈਂਟ ਦੇ ਕੇ ਰੈਫਰ ਕਰਨ ਲੱਗੇ ਹਾਂ। ਬਾਕੀ ਅਜੇ 3-4 ਪੇਸ਼ੈਂਟ ਜਿਹੜੇ ਆ ਮੋਨੀਟਰਿੰਗ 'ਤੇ ਹੈਗੇ ਆ, ਬਾਕੀ ਅਸੀਂ ਸਾਰਾ ਕੁਛ ਜੋ ਹੈਗਾ ਆ ਉਹਨਾਂ ਦਾ ਇਲਾਜ ਕਰਕੇ ਸਾਡੀ ਸਾਰੀ ਟੀਮ ਵਧੀਆ ਤਰੀਕੇ ਨਾਲ ਜੋ ਸਾਡੇ ਕੋਲ ਸੁਵਿਧਾਵਾਂ ਵੱਧ ਤੋਂ ਵੱਧ ਕਰ ਰਹੇ ਹਾਂ, ਅਤੇ ਸਾਰਾ ਕੁਛ ਠੀਕ ਚੱਲ ਰਿਹਾ।